ਪੰਜਾਬੀ ਅਦਾਕਾਰਾ ਸੋਨਮ ਬਾਜਵਾ ਖੂਬ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ। ਜੀ ਹਾਂ, ਕਦੇ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਤੇ ਕਦੇ ਆਪਣੀ ਹੌਟ ਵੀਡੀਓ ਨੂੰ ਲੈ ਕੇ ਅਦਾਕਾਰਾ ਦੀ ਕਿਊਟਨੈਸ ਤੇ ਉਹਨਾਂ ਦੇ ਫੈਨਸ ਦੀਵਾਨੇ ਨੇ। ਉਧਰ ਹੀ ਅਦਾਕਾਰਾ ਇਨ ਦਿਨੀ ਆਪਣੀ ਆਉਣ ਵਾਲੀ ਫਿਲਮ ਕੁੜੀ ਹਰਿਆਣੇ ਵਾਲ ਦੀ ਸ਼ੂਟਿੰਗ ਦੇ ਵਿੱਚ ਵੀ ਰੁਚੀ ਹੋਈ ਹੈ। ਜੀ ਹਾਂ, ਉਹ ਇਸ ਫਿਲਮ ਦੇ ਵਿੱਚ ਜਲਦ ਨਜ਼ਰ ਆਵੇਗੀ। ਇਸ ਦਰਮਿਆਨ ਸੋਨਮ ਬਾਜਵਾ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸੋਨਮ ਨੇ ਆਪਣੀ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ ਅਤੇ ਉਹ ਇੱਕ ਹੋਰ ਫਿਲਮ ਦੇ ਵਿੱਚ ਐਮੀ ਵਿਰਕ ਦੇ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੇ ਬਾਰੇ ਜੇਕਰ ਜ਼ਿਕਰ ਕਰੀਏ ਤਾਂ ਸੋਨਮ ਇਸ ਫਿਲਮ ਨੂੰ ਲੈ ਕੇ ਖੂਬ ਐਕਸਾਈਟਿਡ ਹੈ। ਜੀ ਹਾਂ, ਤੁਹਾਨੂੰ ਦੱਸੀਏ ਕਿ ਇਹ ਫਿਲਮ ਹੈ ਨਿੱਕਾ ਜੈਲਦਾਰ ਚਾਹ। ਜੀ ਹਾਂ, ਤੁਹਾਨੂੰ ਦੱਸੀਏ ਕਿ ਨਿੱਕਾ ਜੈਲਦਾਰ ਦੇ ਪਿਛਲੀ ਫਿਲਮਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਉਧਰ ਹੀ ਹੁਣ ਸੋਨਮ ਬਾਜਵਾ ਨੇ ਨਿੱਕਾ ਜੈਲਦਾਰ ਚਾਹ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਸੋਨਮ ਬਾਜਵਾ ਨੇ ਇਸ ਫਿਲਮ ਦਾ ਪੋਸਟਰ ਸ਼ੇਅਰ ਕੀਤਾ। ਫਿਲਮ ਦੇ ਵਿੱਚ ਸੋਨਮ ਤੇ ਐਮੀ ਵਿਰਕ ਦੇ ਨਾਲ ਨਿਰਮਲ ਰਿਸ਼ੀ ਵੀ ਮੁੱਖ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਸੋਨਮ ਨੇ ਕੈਪਸ਼ਨ ਲਿਖਿਆ, ਇਹ ਸਟੋਰੀ ਬਹੁਤ ਹੀ ਮਜ਼ੇਦਾਰ ਹੈ, ਇਸ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ। ਇਸ ਪੋਸਟ ਦੇ ਵਿੱਚ ਸੋਨਮ ਨੇ ਐਮੀ ਤੇ ਨਿਰਮਲ ਰਿਸ਼ੀ ਨੂੰ ਟੈਗ ਕੀਤਾ। ਦੱਸ ਦੇ ਕਿ ਇਹ ਫਿਲਮ 27 ਸਤੰਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਤੁਸੀਂ ਵੀ ਦੇਖੋ ਇਹ ਪੋਸਟ। ਜੇਕਰ ਗੱਲ ਕਰ ਲਈਏ ਤਾਂ ਸੋਨਮ ਬਾਜਵਾ ਦੇ ਲਈ ਇਸ ਸਾਲ ਕਾਫੀ ਬਿਜ਼ੀ ਰਹਿਣ ਵਾਲਾ ਹੈ। ਸੋਨਮ ਬਾਜਵਾ ਦੀਆਂ ਇਸ ਸਾਲ 3 ਫਿਲਮਾਂ ਕੁੜੀ ਹਰਿਆਣੇ ਵਾਲ ਦੀ, ਨਿੱਕਾ ਜੈਲਦਾਰ ਚਾਰ, ਰੰਨਾ ਚ ਧੰਨਾ ਰਿਲੀਜ਼ ਹੋਣ ਵਾਲੀਆਂ ਨੇ। ਇਸ ਦੇ ਨਾਲ ਸੋਨਮ ਬਾਜਵਾ ਵੀਵੋ ਇੰਡੀਆ ਦੀ ਬ੍ਰਾਂਡ ਐਂਬੈਸਡਰ ਵੀ ਬਣ ਚੁੱਕੀ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।